ਕਿਹੜਾ ਥਾਣਾ ਚੁਣ ਲਿਆ? ਮੈਂ ਇੰਸਪੈਕਟਰ ਮੇਜਰ ਸਿੰਘ SHO ਥਾਣਾ ਸਦਰ ਬਠਿੰਡਾ। ਇੱਕ ਮਾਮਲਾ ਦਰਜ ਹੋਇਆ ਸੀਗਾ ਜੋ ਗ੍ਰੰਥ ਸਿੰਘ ਤੋਂ, ਕੀ ਮਾਮਲਾ ਜੀ? ਸਾਡੇ ਨਾ ਪਿੰਡ ਇੱਕ ਸਾਡੇ ਕੋਟ ਸ਼ਮੀਰ ਆ, ਉਹਦੇ ਬਾਅਦ ਢਾਣੀਆਂ, ਉਹਨਾਂ ਨੇ ਢਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਬਣਾਇਆ ਪਿਆ, ਗੁਰਦੁਆਰਾ ਸਾਹਿਬ ਚਕੇਰੀਆਂ। ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ, ਇਹ ਹੈਗਾ ਤਾਂ ਵਿਦਿਆਲੇ ਦਾ, ਰਤੀਆ ਕੋਲ ਪਿੰਡੇ ਦਾ, ਪਰ ਇਹ ਰਹਿੰਦਾ ਹੰਸਨਗਰ 'ਚ। ਇਹ 13/7/2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਮਤਲਬ ਰੱਖਿਆ ਸੀ, ਪਰ ਇਹ ਉੱਥੇ 4 ਕੁ ਦਿਨ ਹੀ ਰਿਹਾ। 4 ਕੁ ਦਿਨਾਂ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ, ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਹੁੰਦੀ ਹੈ ਜਿੱਥੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ, ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ, ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਜੇ ਕੋਈ ਇੱਥੇ ਆਉਂਦਾ ਤਾਂ ਕਰਨੇ ਹੈਗੇ। ਉਸ ਤੋਂ ਬਾਅਦ ਇਹਨੇ ਕੀ ਕੀਤਾ, ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ, ਇਹਨੇ ਉਹਨਾਂ ਨੂੰ ਜਿਹੜੇ ਮੈਰਿਜ ਸਰਟੀਫਿਕੇਟ ਆ ਜਿਹੜੇ ਗੁਰੂ ਆਨੰਦ ਕਾਰਜ ਦੇ, ਉਹ ਦੇਣੇ ਸ਼ੁਰੂ ਕਰਤੇ। ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮਾਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ, ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ, ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ, ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰਾ ਚਕੇਰੀਆਂ ਸਾਹਿਬ ਆਨੰਦ ਕਾਰਜ ਹੋਇਆ। ਕਹਿੰਦੇ ਵੀ ਸਾਡੇ 'ਤੇ ਹੁਣ ਆਇਆ ਸੀ, ਉਦੋਂ ਚਰਕਦਾ ਰਿਹਾ ਸੀ, ਭੱਜ ਗਿਆ ਸੀ, ਇੱਥੇ ਹੈ ਨਹੀਂ ਗਾ ਕੋਈ ਵੀ ਹੁਣ। ਇਹਨਾਂ ਨੇ ਫਿਰ ਇਹਦੀ ਭਾਲ ਸ਼ੁਰੂ ਕੀਤੀ, ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਆ ਉੱਥੇ ਬੈਠਾ, ਫਿਰ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਟ ਸ਼ਮੀਰ ਜਿਹੜੀ ਇੰਡਸਟਰੀ ਦੀ ਚੌਕੀ ਆ ਹੁਣ, ਉੱਥੇ ਜਾ ਕੇ ਆਪਦਾ ਬਿਆਨ ਲਿਖਾਇਆ, ਜਿਹੜੇ ਜਿਸਦੇ ਬਿਆਨ 'ਤੇ ਅਸੀਂ ਮੁਕੱਦਮਾ ਨੰਬਰ 134 ਮਿਤੀ 20/9/2024 ਅੰਡਰ ਸੈਕਸ਼ਨ 316(2), 318(4), 336(2), 336(3), 340(2) BNS ਥਾਣਾ ਸਦਰ ਬਠਿੰਡਾ ਜਿਹੜਾ ਇਹਦੇ ਖਿਲਾਫ਼ ਦਰਜ ਕੀਤਾ, ਅਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ, ਅਤੇ ਹੁਣ ਅੱਜ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਦਾ ਰਿਮਾਂਡ ਲਵਾਂਗੇ, ਦੇਖਾਂਗੇ ਵੀ ਇਹਨੇ ਕਿੱਥੇ ਕਿੱਥੇ ਕੀ ਕੀਤਾ। ਜਦੋਂ ਪਹਿਲਾਂ ਵੀ ਇਹ ਮਾਮਲੇ ਹੋਏ ਆਏ ਸੀਗੇ, ਪਹਿਲਾਂ ਵੀ ਰੌਲਾ ਪਿਆ ਸੀਗਾ, ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਆ ਕੇ ਇਹਨਾਂ ਕੋਈ ਮੇਰੇ ਧਿਆਨ 'ਚ ਨਹੀਂ, ਅਸੀਂ ਉਹ ਕਰ ਰਹੇ ਹਾਂ ਪੜਤਾਲ, ਅਜੇ ਪੁੱਛਗਿਛ ਕਰਾਂਗੇ ਤੋਂ ਮਾਨ ਲੈ ਕੇ ਦੇਖਾਂਗੇ। ਇਹਨੇ ਜੀ ਮੇਰੇ ਹਿਸਾਬ ਨਾਲ ਘੱਟੋ ਘੱਟ 18-19 ਜਿਹੜੇ ਇਹਨੇ ਜਿਹੜੀ ਸਾਨੂੰ ਲੈਟਰ ਪੈਡ ਇਹਦੇ ਕੋਲ ਬਰਾਮਦ ਕੀਤੀ ਆ, ਉਹ 'ਚ 18-19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਹੋਏ ਆ। ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ, ਇਹ ਰਹਿੰਦਾ ਜ਼ਰੂਰ ਸੀ ਇੱਥੇ ਹੰਸਨਗਰ 'ਚ ਵੀ, ਕਿੱਥੇ ਕਰਦਾ ਸੀ, ਇੱਥੇ ਕਰਦਾ ਸੀ, ਕਿੱਥੇ ਕਰਦਾ ਸੀ, ਗੁਰਦੁਆਰੇ 'ਚ ਹੀ ਰਹਿ ਰਿਹਾ ਸੀਗਾ ਕਿ ਘਰ ਦੇ ਘਰ ਰਹਿ ਰਿਹਾ ਸੀ? ਨਹੀਂ, ਹੁਣ ਇਹ ਹੰਸਨਗਰ ਗੁਰਦੁਆਰਾ ਸਾਹਿਬ ਆ ਗਏ, ਉੱਥੇ ਰਹਿ ਰਹੇ ਸੀ। ਇਸ ਤੋਂ ਬਾਅਦ ਵੀ ਕੋਈ ਹੋਰ ਗੁਰਦੁਆਰਾ ਸਾਹਿਬ ਦੀਆਂ ਕੋਈ ਲੈਟਰ ਪੈਡ ਜਾਂ ਕੋਈ ਉਹਨਾਂ ਦੀ ਕੰਮ ਰੁਕੂ? ਨਹੀਂ, ਅਜੇ ਤੱਕ ਸਾਡੇ ਕੋਲ ਇਹੀ ਆ, ਅਸੀਂ ਪੜਤਾਲ ਕਰ ਰਹੇ ਹਾਂ, ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਕਰ ਦਿੱਤੀ ਜਾਵੇ। ਬਾਬਾ ਜੀ ਕੀ ਕਹਿਣਾ ਚਾਹੁੰਦੇ, ਜਿਵੇਂ ਤੁਹਾਡੇ ਤੇ ਇਲਜ਼ਾਮ ਲੱਗਿਆ ਵੀ ਤੁਸੀਂ ਗਲਤ ਸਰਟੀਫਿਕੇਟ ਬਣਾ ਕੇ ਦਿੱਤੇ? ਵੀਰ ਜੀ, ਝੂਠਾ ਇਲਜ਼ਾਮ ਹੈ, ਉਹ ਅਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇਟ ਲਾਇਆ, ਜਦੋਂ ਉਹ ਸਰਟੀਫਿਕੇਟ ਮੈਰਿਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ, ਉਦੋਂ ਕਮੇਟੀ ਵਾਲੇ ਮੁੱਕਰ ਗਏ, ਮੁੜ ਕੇ ਮੇਰੇ 'ਤੇ ਸਾਰੇ ਇਲਜ਼ਾਮ ਲਾ ਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ। ਪਹਿਲਾਂ ਵੀ ਤੁਹਾਡੇ 'ਤੇ ਇਲਜ਼ਾਮ ਲੱਗੇ ਸੀ ਕਿ ਹੋਰ ਗੁਰਦੁਆਰਿਆਂ ਨੇ ਵੀ ਲਾਏ ਸੀ? ਨਹੀਂ, ਪਹਿਲਾਂ ਮੇਰੇ 'ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਦਾ ਹੀ ਰੌਲਾ ਪੈ ਗਿਆ ਸੀ। ਮੈਂ ਅਸੀਂ ਖੁਦ ਵੀ ਆਖਿਆ ਸੀ, ਸਾਰੇ ਪੱਤਰਕਾਰ ਗਏ ਸੀ ਉੱਥੇ, ਸ਼੍ਰੋਮਣੀ ਕਮੇਟੀ ਵੀ ਆਈ ਸੀ, ਉਦੋਂ ਵੀ ਰੌਲਾ ਪੈ ਸੀ। ਉਹ ਨਿੰਗ ਸਿੰਘਾਂ ਨੇ ਫੇਕ ਬਣਾਈ ਸੀਗੀ ਜੀ, ਉਹਨਾਂ ਨੇ ਸਰਟੀਫਿਕੇਟ ਵੀ ਦਿਖਾਏ ਸੀ ਜਿਹੜੇ ਤੁਸੀਂ? ਹਾਂਜੀ, ਮੇਰੇ ਸਾਈਨ ਨਹੀਂ ਸੀ, ਉਹ ਮਿਲੇ ਰਲੇ ਨਹੀਂ ਸੀ, ਤਾਂ ਹੀ ਤਾਂ ਕੇਸ ਰਫਾ ਦਫਾ ਹੋ ਗਿਆ ਸੀ, ਮੇਰੇ ਸਿਗਨੇਚਰ ਹੈ ਨਹੀਂ ਸੀ ਉਹ।
ਜਿਹੜੇ ਲੈਟਰ ਪੈਡ ਤੁਹਾਡੇ ਤੋਂ ਮਿਲੇ ਆ ਗੁਰਦੁਆਰਾ ਸਾਹਿਬ ਦੇ, ਉੱਥੇ ਤੈਨਾਤ ਹੋ ਚੁੱਕੀ ਇਸ ਵਕਤ? ਹਾਂਜੀ ਨਹੀਂ, ਹਾਲੇ ਗੱਲ ਚੱਲੀ ਜਾਂਦੀ ਸੀ, ਉਹ ਕਹਿੰਦੇ ਸੀ ਵੀ ਆਪਾਂ ਫਸਲ ਵਾੜੀ ਬੀਜਾਂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਅਸੀਂ ਲਿਖਤੀ ਰੂਪ ਵਿੱਚ ਵੀ ਦੇਵਾਂਗੇ, ਜੇ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਰਹਿੰਦੇ ਸੀ। ਨਹੀਂ ਚੋਰੀ ਚੱਕ ਕੇ ਨਹੀਂ ਸੀ ਮੈਂ ਲੈ ਕੇ ਆਇਆ, ਇਹ ਉਹਨਾਂ ਨੇ ਜਦੋਂ ਸਥਾਨ ਹੀ ਮੈਨੂੰ ਦੇਤਾ, ਸਾਰਾ ਕੁਛ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਨਾ ਜੀ।